ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਜਮਾਤ 8ਵੀਂ ਦੇ ਲਈ ਸਿਹਤ ਤੇ ਸਰੀਰਕ ਸਿੱਖਿਆ ਦਾ ਜਿਹੜਾ ਤੁਹਾਡਾ ਬਾਇਮੰਥਲੀ ਟੈਸਟ ਹੈਗਾ ਉਹ ਨੂੰ ਆਪਾਂ ਹੱਲ ਕਰਾਂਗੇ ਇਹਨੂੰ ਤੁਸੀਂ ਅਜੇ ਸੈਂਪਲ ਪੇਪਰ ਮੰਨ ਕੇ ਚੱਲਿਓ ਇਸ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਬੇਟਾ ਵੀ ਕਿਹੜੇ ਕਿਹੜੇ ਕੁਐਸਚਨ ਕਿੰਨੇ ਕਿੰਨੇ ਨੰਬਰ ਦੇ ਆਉਣਗੇ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪੰਜ ਕੁਐਸਚਨ ਤੁਹਾਡੇ ਕੋਲ ਹੋਣਗੇ ਇਹ ਐਮਸੀਕਿਊਜ਼ ਹੋਣਗੇ ਇਸ ਤੋਂ ਬਾਅਦ ਪੰਜ ਕੁਐਸਚਨ ਹੋਣਗੇ ਬੇਟਾ 2-2 ਨੰਬਰ ਦੇ ਠੀਕ ਹੈ ਫਿਰ ਦੋ ਕੁਐਸਚਨ ਹੋਣਗੇ ਤੁਹਾਨੂੰ 5-5 ਨੰਬਰ ਦੇ ਉਹਦੇ ਵਿੱਚੋਂ ਆਪਸ਼ਨਲ ਹੈ ਤੁਸੀਂ ਇੱਕ ਕਰਨਾਗਾ 5 ਨੰਬਰ ਦਾ ਠੀਕ ਹੈ ਤਾਂ ਇਸ ਤਰੀਕੇ ਨਾਲ 5 10 15 5 20 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਆਏਗਾ ਹੋਏਗਾ ਸਮਾਂ ਤੁਹਾਡੇ ਕੋਲ ਇੱਥੇ 40 ਮਿੰਟ ਹੋਏਗਾ ਬੇਟਾ 2 ਘੰਟੇ ਨਹੀਂ ਠੀਕ ਹੈ ਇੱਕ ਇੱਕ ਪੀਰੀਅਡ ਦੇ ਪੇਪਰ ਨੇ ਸਾਰੇ ਇਹ ਤਾਂ ਇਸ ਤੋਂ ਬਾਅਦ ਦੇਖੋ ਆਪਾਂ ਕੁਐਸਚਨ ਹੱਲ ਕਰਦੇ ਹਾਂ ਇਹਦੇ ਵਿੱਚ ਪਹਿਲਾਂ ਦੇਖੋ ਐਂਬੂਲੈਂਸ ਬੁਲਾਉਣ ਤੇ ਕਿਸ ਨੰਬਰ ਤੇ ਫੋਨ ਕਰਨਾ ਚਾਹੀਦਾ ਬੇਟਾ 108 ਆਪਾਂ ਅਕਸਰ ਦੇਖਦੇ ਹਾਂ ਕਿ ਜਿਹੜੀ ਐਂਬੂਲੈਂਸ ਫਿਰਦੀ ਹੁੰਦੀਆਂ ਨੇ ਉਹਨਾਂ ਦੇ ਉੱਪਰ ਲਿਖਿਆ ਹੁੰ ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਪੁੱਤ ਪ੍ਰੋਟੀਨ ਦੋ ਪ੍ਰਕਾਰ ਦੇ ਹੁੰਦੇ ਨੇ ਵੀ ਸੰਤੁਲਿਤ ਭੋਜਨ ਵਿੱਚ ਮੌਜੂਦ ਹੁੰਦੇ ਨੇ ਕਿ ਕੀ ਹੁੰਦੇ ਨੇ ਵਿਟਾਮਿਨ ਪ੍ਰੋਟੀਨ ਚਰਬੀ ਤੇ ਖਣਿਜਿਲ ਨੂੰ ਪ੍ਰੋਕਤ ਸਾਰੇ ਸੰਤੁਲਿਤ ਭੋਜਨ ਦੇ ਵਿੱਚ ਇਹ ਤਿੰਨੋਂ ਤੱਤ ਮੌਜੂਦ ਹੁੰਦੇ ਹਨ ਪੀਸੀਆਰ ਕੀ ਹੁੰਦਾਗਾ ਹਾਂਜੀ ਬੇਟਾ ਪੀਸੀਆਰ ਕੀ ਹੁੰਦਾਗਾ ਵੀ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਪ੍ਰੋਕਤ ਸਾਰੇ ਇਹ ਸਾਰੇ ਹੁੰਦੇ ਨੇ ਪੀਸੀਆਰ ਦੇ ਵਿੱਚ ਵਿਟਾਮਿਨ ਕਿੰਨੀ ਤਰ੍ਹਾਂ ਦੇ ਨਿਰਵੱਤ ਵਿਟਾਮਿਨ 6 ਪ੍ਰਕਾਰ ਦੇ ਹੁੰਦੇ ਨੇ ਠੀਕ ਇਹ ਸੀ ਆਪਣੇ ਕੋਲ ਐਮਸੀਕਿਊਜ਼ ਇਹ ਤੁਹਾਨੂੰ ਆਣਗੇ ਪੁੱਤ 5 ਠੀਕ ਇਸ ਤੋਂ ਬਾਅਦ ਕੁਐਸਚਨ ਨੇ ਵੀ ਛੋਟੇ ਛੋਟੇ 2-2 ਨੰਬਰ ਵਾਲੇ ਜਿਵੇਂ ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ਮੋਢਲੇ ਸਿਹਤਤ ਤੋਂ ਕੀ ਫਾਇਦਾ ਹੈ ਤੁਸੀਂ ਦਾ ਸਕਰੀਨ ਸ਼ਾਟ ਲੈ ਲਿਓ ਫਿਰ ਤੁਹਾਨੂੰ ਇਹਦੇ ਉੱਪਰ ਉੱਤਰ ਲਿਖਾ ਦਾਂਗੇ ਠੀਕ ਇਹ ਪੰਜ ਕੁਐਸਚਨ ਨੇ ਚਲੋ ਇਹਨਾਂ ਦੇ ਪੁੱਤਰ ਵੀ ਜਾਣ ਲੈਣੇ ਹੈਗੇ ਹਾਂਜੀ ਬੇਟਾ ਜਿਵੇਂ ਪਹਿਲਾ ਕੁਐਸਚਨ ਸੀ ਦੇਖੋ ਵੀ ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ਹਨਾ ਕਿਨੇ ਵੀ ਸਾਰੇ ਭੋਜਨ ਪਦਾਰਥ ਮੂਲ ਰੂਪ ਵਿੱਚ ਕੱਚੇ ਖਾਣ ਦੇ ਯੋਗ ਨਹੀਂ ਹੁੰਦੇ ਇਹਨਾਂ ਪਦਾਰਥਾਂ ਨੂੰ ਖਾਣ ਯੋਗ ਬਣਾਉਣ ਲਈ ਪਕਾਉਣਾ ਬਹੁਤ ਜ਼ਰੂਰੀ ਹੈ ਮਤਲਬ ਜਿਹੜੇ ਜ਼ਿਆਦਾਤਰ ਭੋਜਨ ਹੈਗੇ ਉਹ ਅਸੀਂ ਕੱਚੇ ਨਹੀਂ ਖਾ ਸਕਦੇ ਤਾਂ ਉਹਨਾਂ ਨੂੰ ਖਾਣ ਯੋਗ ਬਣਾਉਣ ਦੇ ਲਈ ਉਹਨਾਂ ਨੂੰ ਪਕਾਉਣਾ ਬੇਹਦ ਜ਼ਰੂਰੀ ਹੈ ਦੂਜਾ ਦੇਖੋ ਉਸ ਇਹਨਾਂ ਨੇ ਪੁੱਛਿਆ ਸੀ ਮੁੱਢਲੀ ਸਿਹਤਤ ਤੋਂ ਕੀ ਭਾਵ ਹੈ ਠੀਕ ਹੈ ਲਿਖੋ ਉਹ ਮੁੱਢਲੀ ਸਿਹਤ ਦਾ ਸੌਖੇ ਸ਼ਬਦਾਂ ਦੇ ਵਿੱਚ ਕੀ ਹੁੰਦਾ ਪੁੱਤ ਉਹ ਇਹ ਉਹ ਸਥਿਤੀ ਜੋ ਰੋਗੀ ਜਾਂ ਜ਼ਖਮੀ ਨੂੰ ਜਿੱਥੇ ਘਟਨਾ ਹੋਈ ਹੈ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਠੀਕ ਹੈ ਕਿਸੇ ਰੋਗੀ ਜਾਂ ਜ਼ਖਮੀ ਨੂੰ ਘਟਨਾ ਵਾਲੇ ਸਥਾਨ ਤੇ ਡਾਕਟਰ ਤੋਂ ਪਹਿਲਾਂ ਪਹੁੰਚਣ ਤੇ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਅਸੀਂ ਮੁੱਢਲੀ ਸਹਾਇਤਾ ਕਹਿੰਦੇ ਹਾਂ ਤੀਸਰਾ ਕੁਐਸਚਨ ਸੀ ਸੰਤੁਲਿਤ ਭੋਜਨ ਕਿਸ ਨੂੰ ਕਹਿੰਦੇ ਨੇ ਹਾਂਜੀ ਬੇਟਾ ਸੰਤੁਲਿਤ ਭੋਜਨ ਉਹ ਹੁੰਦਾ ਵੀ ਜਿਸ ਦੇ ਵਿੱਚ ਸਰੀਰ ਦੇ ਲਈ ਲੋੜੀਂਦੇ ਸਾਰੇ ਤੱਤ ਮੌਜੂਦ ਹੋਣ ਠੀਕ ਹੈ ਜਿਹਦੇ ਵਿੱਚ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਖਣਿਜ ਲੂਣ ਸਾਰੇ ਜਿਹੜੇ ਤੱਤ ਨੇ ਪ੍ਰੋਪਰ ਜਾਂ ਬਰਾਬਰ ਮਾਤਰਾ ਦੇ ਵਿੱਚ ਹੋਣ ਉਸ ਨੂੰ ਅਸੀਂ ਸੰਤੁਲਿਤ ਭੋਜਨ ਕਹਿੰਦੇ ਆ ਉਹ ਭੋਜਨ ਜਿਸ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਟਿਕ ਤੱਤ ਉਚਿਤ ਬੱਧਰਾਂ ਵਿੱਚ ਮੌਜੂਦ ਹੋਣ ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ ਜਿਵੇਂ ਕਾਰਬੋਹਾਈਡਰੇਟ ਹੋ ਗਿਆ ਚਰਬੀ ਹੋ ਗਿਆ ਪ੍ਰੋਟੀਨ ਹੋ ਗਿਆ ਖਣਿਜ ਲੂਣ ਹੋ ਗਿਆ ਠੀਕ ਹੈ ਚੌਥਾ ਪ੍ਰਸ਼ਨ ਦੇਖੋ ਆਪਣੇ ਕੋਲ ਕਿਹੜਾ ਸੀ ਵਿਟਾਮਿਨ ਸੀ ਸਾਨੂੰ ਕਿਸ ਤੋਂ ਪ੍ਰਾਪਤ ਹੁੰਦਾ ਹੈ ਜੀ ਬੇਟਾ ਬੇਟਾ ਵਿਟਾਮਿਨ ਸੀ ਇਹ ਵੀ ਇਹ ਸਾਨੂੰ ਜ਼ਿਆਦਾਤਰ ਜਿਹੜੇ ਖੱਟੇ ਫਰੂਟ ਨੇ ਖੱਟੇ ਫਲ ਨੇ ਉਹਨਾਂ ਤੋਂ ਪ੍ਰਾਪਤ ਹੁੰਦਾ ਉਹਨਾਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈਗਾ ਠੀਕ ਹੈ ਜਿਵੇਂ ਸਭ ਤੋਂ ਵੱਧ ਜੇ ਅਪਨ ਗੱਲ ਕਰੀਏ ਵਿਟਾਮਿਨ ਸੀ ਕਿਤੋਂ ਮਿਲਦਾ ਵੀ ਔਲੇ ਤੋਂ ਆਮਲੇ ਤੋਂ ਠੀਕ ਹੈ ਇਸ ਤੋਂ ਇਲਾਵਾ ਨਿੰਬੂ ਹੋ ਗਿਆ ਸੰਤਰਾ ਹੋ ਗਿਆ ਮਸੰਮੀ ਹੋ ਗਈ ਅੰਗੂਰ ਹੋ ਗਿਆ ਤੇ ਟਮਾਟਰ ਇਹਨਾਂ ਤੋਂ ਵੀ ਅਸੀਂ ਵਿਟਾਮਿਨ ਸੀ ਪ੍ਰਾਪਤ ਕਰਦੇ ਹਾਂਗੇ ਪਰ ਸਭ ਤੋਂ ਵੱਡਾ ਜਿਹੜਾ ਵਿਟਾਮਿਨ ਸੀ ਦਾ ਸਰੋਤ ਆਪਾਂ ਤੋਂ ਕੀ ਹੈ ਵੀ ਆਮਲਾ ਔਲਾ ਠੀਕ ਹੈ ਇਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਦੇਖੋ ਆਪਣੇ ਕੋਲ ਸੀ ਦੁੱਧ ਇੱਕ ਸੰਪੂਰਨ ਭੋਜਨ ਹੈ ਕਿਵੇਂ ਦੁੱਧ ਇੱਕੋ ਇੱਕ ਅਜਿਹਾ ਪਦਾਰਥ ਹੈ ਜਿਸ ਵਿੱਚ ਲਗਭਗ ਸਾਰੇ ਪੋਸ਼ਟਿਕ ਤੱਤ ਹੀ ਬਰਾਬਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਇਸ ਕਰਕੇ ਦੁੱਧ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ ਮਤਲਬ ਪੋਜਨ ਵਾਲੇ ਸਾਰੇ ਲਗਭਗ ਜਿਹੜੇ ਜ਼ਰੂਰੀ ਤੱਤ ਨੇ ਉਹ ਦੁੱਧ ਵਿੱਚ ਪਾਏ ਜਾਂਦੇ ਨੇ ਇਸੇ ਕਰਕੇ ਅਸੀਂ ਦੁੱਧ ਨੂੰ ਪੋਸ਼ਟਿਕ ਜਾਂ ਸੰਪੂਰਨ ਭੋਜਨ ਕਹਿ ਸਕਦੇ ਹਾਂਗੇ ਹਾਂਜੀ ਬੇਟਾ ਇਸ ਤੋਂ ਬਾਅਦ ਦੇਖੋ ਵੀ ਆਪਣੇ ਕੋਲ ਦੋ ਕੁਐਸਚਨ ਆਉਣਗੇ ਬੇਟਾ ਤੁਹਾਨੂੰ 5-5 ਅੰਕਾਂ ਵਾਲੇ ਇਹਦੇ ਵਿੱਚ ਆਪਾਂ ਕੋਈ ਇੱਕ ਕਰਨਾਗਾ ਜਿਵੇਂ ਆਪਾਂ ਨੇ ਦਿੱਤਾ ਗਿਆ ਇੱਥੇ ਕੋਈ ਇੱਕ ਪ੍ਰਸ਼ਨ ਕਰੋ ਮੋਢਲੇ ਸਹਾਇਕ ਦੇ 5 ਗੁਣ ਜਾਂ ਭੋਜਨ ਬਣਾਉਣ ਵੇਲੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਤਾਂ ਇਹਦੇ ਵਿੱਚ ਆਪਾਂ ਇੱਕ ਕਰਾਦਾਨੇ ਤੁਹਾਨੂੰ ਪਰੰਤੂ ਤੁਸੀਂ ਜਿਹੜੇ ਵੀ ਤੁਹਾਡੇ ਲੈਸਨ ਨੇ ਠੀਕ ਹੈ ਪਹਿਲਾ ਤੇ ਦੂਸਰਾ ਆਪਣਾ ਬਾਇਮੰਥਲੀ ਟੈਸਟ ਲਈ ਅਪ੍ਰੈਲ ਤੇ ਮਈ ਦਾ ਸਿਲੇਬਸ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਕੋਈ ਵੀ ਦੋ ਕੁਐਸਚਨ ਪੁੱਛੇ ਜਾ ਸਕਦੇ ਹੈਗੇ ਤਾਂ ਉਹ ਆਪਾਂ ਇਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਜਿਹੜਾ ਕਰਾਦਾਨੇ ਹੈਗੇ ਹਾਂਜੀ ਬੇਟਾ ਇਹਦੇ ਵਿੱਚ ਅਪਾ ਕਰਾਂਗੇ ਮਡਲੇ ਸਹਾਇਕ ਦੇ ਗੁਣ ਜੇ ਮਡਲਾ ਸਹਾਇਕ ਇੱਕ అనుభవੀ ਵਿਅਕਤੀ ਹੋਣਾ ਚਾਹੀਦਾ ਹੈਗਾ ਐਕਸਪੀਰੀਐਂਸਡ ਹੋਣਾ ਚਾਹੀਦਾ ਹੈਗਾ ਦੂਸਰਾ ਉਸ ਨੂੰ ਮਡਲੀ ਸਹਾਇਤਾ ਦੇਣ ਦੀ ਪੂਰੀ ਜਾਣਕਾਰੀ ਵੀ ਹੋਣੀ ਚਾਹੀਦੀ ਹੈਗੀ ਤੀਸਰਾ ਮਡਲਿਆ ਜਿਹੜਾ ਸਹਾਇਕ ਬੁੱਧੀਮਾਨ ਫਰਤੀਲਾ ਤੇ ਤੁਰੰਤ ਫੈਸਲੇ ਲੈਣ ਹੁਣ ਬਣਾਉਣਾ ਚਾਹੀਦਾ ਹੈਗਾ ਵੀ ਹੁਣ ਕੀ ਕੀਤਾ ਜਾਵੇ ਮਡਲੇ ਸਹਾਇਕ ਵਿੱਚ ਧੀਰਜ ਤੇ ਸ਼ੈਨਸ਼ੀਲਤਾ ਹੋਣੀ ਚਾਹੀਦੀ ਹੈ ਵੀ ਜ਼ਖਮੀ ਜਾਂ ਰੋਗੀ ਨੂੰ ਮਡਲੀ ਸਹਾਇਤਾ ਦਿੰਦੇ ਸਮੇਂ ਉਸ ਨੂੰ ਕਿਸੇ ਤਰ੍ਹਾਂ ਦੀ ਕਾਲੀ ਨਹੀਂ ਕਰਨੀ ਚਾਹੀਦੀ ਤਾਂ ਇਹ ਪੰਜ ਗੁਣ ਨੇ ਵੀ ਜਿਹੜੇ ਦੇ ਵਿੱਚ ਹੋਣੇ ਚਾਹੀਦੇ ਨੇ అనుభవੀ ਵਿਅਕਤੀ ਹੋਣਾ ਚਾਹੀਦਾਗਾ ਮੋੜਲੀ ਸਹਤਾ ਦੀ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਬੁੱਧੀਮਾਨ ਫੁਰਤੀਲਾ ਤੇ ਤੁਰੰਤ ਫੈਸਲਾ ਕਰਨ ਵਾਲਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਧੀਰਜ ਤੇ ਸ਼ੈਨਸ਼ੀਲਤਾ ਹੋਣੀ ਚਾਹੀਦੀ ਹੈਗੀ ਠੀਕ ਹੈ ਮੋੜਲੀ ਸਹਤਾ ਦੇਣ ਲੱਗੇ ਕਿਸੇ ਤਰ੍ਹਾਂ ਦੀ ਕਾਲੀ ਨਹੀਂ ਕਰਨੀ ਚਾਹੀਦੀ ਠੀਕ ਹੈ ਤਾਂ ਇਹ ਤੁਹਾਡਾ ਪੇਪਰ ਸੀ ਠੀਕ ਹੈ ਬੇਟਾ ਤਾਂ ਇਹ ਆਪਣੇ ਕੋਲ 8th ਕਲਾਸ ਦੇ ਲਈ ਸਿਹਤ ਤੇ ਸਰੀਰਕ ਸਿੱਖਿਆ ਦਾ ਪੇਪਰ ਸੀ 20 ਅੰਕ ਦੀ ਆਏਗਾ April ਤੇ May ਦਾ ਸਿਲੇਬਸ ਹੋਏਗਾ ਇਸ ਲਈ ਵਧੀਆ ਢੰਗ ਨਾਲ ਆਪਣੀ ਤਿਆਰੀ ਕਰ ਲਓ ਤਾਂ ਜੋ ਆਪਣੇ ਇਸ ਪੇਪਰ ਦੇ ਵਿੱਚ ਵਧੀਆ ਅੰਕ ਆ ਸਕਣ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ